ਜ਼ਿਲ੍ਹਾ ਗੁਰਦਾਸਪੁਰ ਦੇ ਖੰਡ ਮਿੱਲ ਪਨਿਆੜ ਦੇ ਜੀਐਮ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨ ਮੰਗ ਸੰਬੰਧੀ ਮੰਗ ਪੱਤਰ ਦੇਣ ਆਏ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਪੰਜਾਬ ਦੇ ਕਿਸਾਨਾਂ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਮਿੱਲ ਦੇ ਜੀਐਮ ਵੱਲੋਂ ਉਹਨਾਂ ਨੂੰ ਮਿੱਲ ਅੰਦਰ ਦੋ ਜ਼ਿਆਦਾ ਲੋਕ ਨਹੀਂ ਦਾਖਲ ਨਾ ਹੋਣ ਦੇਣ ਵਜੋਂ ਮੁੱਖ ਗੇਟ ਬੰਦ ਕਰਕੇ ਸਕਿਉਰਟੀ ਲਗਾ ਦਿੱਤੀ ਗਈ, ਜਿਸ ਦੇ ਰੋਜ਼ ਵਜੋਂ ਕਿਸਾਨਾਂ ਨੇ ਮਿੱਲ ਦੇ ਬਾਹਰ ਹਾਈਵੇ ਦੇ ਨਜ਼ਦੀਕ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ। ਜਿਹੜੀਆਂ ਸਹਿਕਾਰੀ ਨੇ ਉਹਨਾਂ ਤੇ ਖੰਡ ਬਣਾਉਣ ਤੇ ਜਿਹੜਾ ਲਾਗਤ ਖਰਚਾ ਪ੍ਰਾਈਵੇਟ ਮਿੱਲਾਂ ਨਾਲੋਂ ਇੰਨਾ ਵੱਧ ਦਰਸਾਇਆ ਜਾ ਰਿਹਾ ਹੈ, ਇਹ ਇੱਕ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਔਰ ਇਹ ਇਨਕੁਆਇਰੀ ਹੋਣੀ ਚਾਹੀਦੀ ਹੈ ਔਰ ਇਹ ਜਿਹੜੇ ਭ੍ਰਿਸ਼ਟ ਅਧਿਕਾਰੀ ਨੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਕਿਸਾਨਾਂ ਦਾ ਸ਼ੋਸ਼ਣ ਹੋ ਰਿਹਾ ਉਹ ਬੰਦ ਹੋਣਾ ਚਾਹੀਦਾ। ਅੱਜ ਅਸੀਂ ਮੰਗ ਪੱਤਰ ਦੇਣ ਆਏ ਹਾਂ ਜਿਹਦੇ ਵਿੱਚ ਸਾਡੀਆਂ ਮੰਗਾਂ ਹੈਗੀਆਂ ਨੇ ਮਿੱਲ ਨੂੰ ਵੱਡਿਆਂ ਕਰਨਾ, ਇਹਦੀ ਸਮਰੱਥਾ ਜਿਹੜੀ ਉਹ 5,000 ਟਨ ਦੀ ਕਰਨੀ, ਉਹਦੇ ਤੋਂ ਬਾਅਦ 238 ਗੰਨੇ ਨੂੰ ਅਰਲੀ ਵਰਾਇਟੀ 'ਚ ਰੱਖਣਾ, ਜਿਹੜਾ ਹੈ ਕਾਫੀ ਸਮੇਂ ਤੋਂ 238 ਗੰਨਾ ਜਿਹੜਾ ਉਹ ਅਰਲੀ ਵਰਾਇਟੀ 'ਚ ਲੈਂਦੇ ਰਹੇ ਨੇ, ਇਸ ਸਾਲ ਜਿਹੜਾ ਇਹਨਾਂ ਨੇ 93 ਵਰਾਇਟੀ 'ਚ ਲੈ ਕੇ ਨੇ, ਉਹਦੇ ਵਿੱਚ ਕਿਸਾਨਾਂ ਦਾ ਬੜਾ ਨੁਕਸਾਨ ਹੋਇਆ ਜਿਹਦੇ 'ਤੇ ਅਸੀਂ ਸਰਕਾਰ ਨੂੰ ਵੀ ਮੰਗ ਪੱਤਰ ਭੇਜਦੇ ਹਾਂ ਨਾਲ ਲਿਖ ਕੇ। ਉਸ ਤੋਂ ਅੱਗੇ ਸਾਡਾ ਇਹ ਵੀ ਹੈ ਵੀ ਜਿਹੜੀ ਮਿੱਲਾਂ ਦੀ ਮਸ਼ੀਨਰੀ ਪੰਜਾਬ ਦੀਆਂ ਟੋਟਲ ਮਿੱਲਾਂ ਨੇ ਉਹਨਾਂ ਦੀ ਜਿਹੜੀ ਮਸ਼ੀਨਰੀ ਪੁਰਾਣੀ ਹੋ ਚੁੱਕੀ ਹੈ ਉਹਨਾਂ ਦੀ ਮਸ਼ੀਨਰੀ ਨੂੰ ਬਦਲ ਕੇ ਨਵੀਂ ਮਸ਼ੀਨਰੀ ਲਾਈ ਜਾਏ ਤਾਂ ਕਿ ਉਹ ਵੀ ਪ੍ਰਾਈਵੇਟ ਮਿੱਲਾਂ ਵਾਂਗ ਚੰਗੀ ਕਾਰਗੁਜ਼ਾਰੀ ਕਰ ਸਕਣ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।